गुरदासपुर के पिंड अबुल खैर विच उस समय माहौल तनाव भरिया हो गया जो घर की छत न लग रही 11,000 हाई वोल्टेज बत्ती दी तारा ने औरत नू अपनी चपेट विच लै लिया जिस कारण उक्त औरत बुरी तरह नाल झुलस गई है जिसनू पिंड वासियां अते परिवारिक मैंबरां ने बहुत ही जद्दोजहद नाल तारा दी चपेट च उतारिया अते एंबुलेंस दे द्वारा सिविल अस्पताल गुरदासपुर विच पहुंचाया जिथे उक्त औरत दी हालत गंभीर वेख डॉक्टरां ने उसनू रेफर कर दिता है। इस संबंधी जानकारी दिंदे जख्मी औरत दे पति ने इल्जाम लगाया कि पिछले कई सालों तो वह बिजली विभाग नू कंप्लेंट कर रहे सन कि उन्होंने घर दे छत्तां तो 11,000 हाई वोल्टेज दी तारा लगदियां हन जिस बारे ਉਹ ਬਿਜਲੀ ਵਿਭਾਗ ਨੂੰ ਵੀ ਕਈ ਵਾਰੀ ਕਹਿ ਚੁੱਕੇ ਹਨ ਅਤੇ ਹਲਕੇ ਦੇ ਮੰਤਰੀ ਦੇ ਧਿਆਨ ਵਿੱਚ ਵੀ ਸਾਰਾ ਮਾਮਲਾ ਲਿਆਇਆ ਗਿਆ ਸੀ ਅਤੇ ਇਸ ਸੰਬੰਧੀ ਬਣਦੀ ਉਹ ਪੇਮੈਂਟ ਵੀ ਦੇ ਚੁੱਕੇ ਸਨ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਇਸ ਦੇ ਲਾਪਰਵਾਹੀ ਦੇ ਚਲਦੇ ਹਾਦਸਾ ਵਾਪਰ ਗਿਆ ਹੈ। ਗੱਲ ਇਹ ਹੋਈ ਆ ਜੀ ਇਹ ਕੋਠੇ ਤੇ ਚੜ ਗਈ ਆ ਤੇ ਉਹ ਬੱਤੀ ਦੀ ਤਾਰਾਂ ਨਾਲ ਲੱਗ ਗਈ ਆ ਮੈਨੂੰ ਤਾਂ ਕੋਈ ਪਤਾ ਨਹੀਂ ਇਹਦੇ ਬਾਰੇ ਵੀ ਕੀ ਇਹ ਨਾ ਕਿਹਦਾ ਕਿਤਰਾ ਲੱਗ ਗਿਆ ਬੱਤੀ ਉੱਡੀ ਆ ਕਿੰਨੀ ਵੋਲਟੇਜ ਦੀ ਤਾਰ ਹੈ ਇਹ ਸਭ ਤੋਂ ਹੈਵੀ ਵੋਲਟ ਹੈ ਜੀ ਹਾਈ ਵੋਲਟੇਜ ਦੀ ਆ ਕੀ ਨਾਂ ਤੁਹਾਡੀ ਪਤਨੀ ਦਾ ਇਹਦਾ ਨਾਂ ਪਰਵੀਨ ਆ ਪਰਵੀਨ ਆ ਤੇ ਤੁਸੀਂ ਕਿਸ ਨੂੰ ਇਸ ਦਾ ਕਸੂਰਵਾਰ ਮੰਨਦੇ ਹੋ ਕਸੂਰਵਾਰ ਦੇ ਜੀ ਵੀ ਤਾਰਾਂ ਕੱਢਣ ਵਾਸਤੇ ਉੱਤੇ ਤੇ 3 ਸਾਲ ਹੋ ਗਿਆ ਮਗਰ ਪਿਆ ਨੂੰ ਹਾਂਜੀ ਸਾਰੇ ਕੁਝ ਪੈਸੇ ਵੀ ਜਮਾ ਆ ਬਿਜਲੀ ਬੋਰਡ ਵੀ ਆਏ ਆ ਵਿੱਚੋਂ ਇਹ ਕੋਈ ਪੈੜੀਆਂ ਵਾਲੇ ਵਾਲੇ ਨਹੀਂ ਲੱਗਣ ਦਿੰਦੇ ਕੋਈ ਤਾਰਾਂ ਨਹੀਂ ਲੰਘਣ ਦਿੰਦਾ ਇੱਥੇ ਜੀ ਮਰਦੇ ਜਾਂਦੇ ਤੇ ਨੁਕਸਾਨ ਹੋਣ ਡਿਆ ਉੱਥੇ ਸਿਵਲ ਹਸਪਤਾਲ ਗੁਰਦਾਸਪੁਰ ਐਮਰਜੈਂਸੀ ਵਿੱਚ ਮੌਜੂਦ ਡਾਕਟਰ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਸੀ ਕਿ ਔਰਤ ਦੀ ਹਾਲਤ ਕਾਫੀ ਨਾਜ਼ੁਕ ਹੈ ਅਤੇ ਜਿਸ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਬੱਚੀ ਇਲੈਕਟ੍ਰੀਕਲ ਬਰਨ ਦਾ ਕੇਸ ਆਇਆ ਹਮਾਰੇ ਪਾਸ ਪੇਸ਼ੈਂਟ ਇਜ਼ ਵੈਰੀ ਕ੍ਰਿਟੀਕਲ ਕਾਫੀ ਸਵੀਅਰ ਬਰਨ ਹੈ ਉਸੇ ਤੋ ਇਸ ਵਜ੍ਹਾ ਸੇ ਹਮੇ ਉਸੇ ਹਾਈ ਹਸਪੀਟਲ ਰੈਫਰ ਕਰਨਾ ਪੜ ਰਿਹਾ ਹੈ ਤੋ ਪ੍ਰਾਇਮਰੀ ਟ੍ਰੀਟਮੈਂਟ ਉਸੇ ਹਮ ਦੇ ਚੁੱਕੇ ਹੈ ਤੋ ਐਂਬੂਲੈਂਸ ਮੰਗਵਾਲੀਏ ਨਾ ਪੇਸ਼ੈਂਟ ਇਜ਼ ਸ਼ਿਫਟ ਹੋ ਰਿਹਾ ਬਸ। ਪ੍ਰਾਈਮ ਮੁਦੇਲੀ ਗੁਰਦਾਸਪੁਰ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ।